लाड़ी ने लाड़े दा क्यों नहीं फड़िया हाथ, सोशल मीडिया ते चर्चा दा बनी विशा यह वीडियो। कुड़ी दे भैन ने आख्या कि हाथ फड़ लै दा जी, ते गुरुद्वारे ते मैं चल गुरुद्वारे तो बाहर फड़ लेने चल के जी, गुरुद्वारे तो बाहर फड़े हाथ तो उन्हें हाथ फड़िया तो उन्हें एकदम छुड़ा लिया। असल की है सच्चाई इस पूरी वीडियो दी अज तुहानू इस वीडियो दे जरिए दसदे हां। सत श्री अकाल दोस्तों, तुसी देख रहे हो पंजाब टू प्रदेश ते मैं हाँ दिलबाग सिंह जौहल। सोशल मीडिया के उपर तेजी दे नाल एक वीडियो वायरल हो रही है जिस दे विच एक लाड़ी दे वल्लों लाड़े दा हाथ फड़न तो मनाही की गई है। बहुत ज़्यादा तेजी नाल ये वीडियो वायरल हुंदी है, तो अज लाड़े दे नाल भी गलबात हुई है, तुहानू वह भी सुनावांगे ते आखिर जिहड़ी है घटना की वापरी है ते इह किहड़ी जगह दी है ਤਾਂ ਤੁਹਾਨੂੰ ਘਟਨਾ ਦੱਸ ਦਿੰਦੇ ਹਾਂ। ਉੱਤਰ ਪ੍ਰਦੇਸ਼ ਦੇ ਵਿੱਚ ਜੋ ਹਰਦੋਈ ਜ਼ਿਲ੍ਹਾ ਹੈ, ਤਾਂ ਉਸ ਹਰਦੋਈ ਜ਼ਿਲ੍ਹੇ ਦੇ ਵਿੱਚ ਕਿਸਾਨ ਪਰਿਵਾਰ ਹੈ, ਤਾਂ ਉਸ ਪਰਿਵਾਰ ਦੀ ਲੜਕੇ ਦੀ ਜੋ ਮੈਰਿਜ ਹੁੰਦੀ ਹੈ, ਤਾਂ ਮੈਰਿਜ ਦੇ ਦੌਰਾਨ ਲੜਕੀ ਦੇ ਵੱਲੋਂ ਲਾੜੇ ਦਾ ਹੱਥ ਫੜਨ ਤੋਂ ਮਨਾਹੀ ਕੀਤੀ ਜਾਂਦੀ ਹੈ। ਪਰਿਵਾਰ ਵਾਲਿਆਂ ਦੇ ਸਮਝਾਉਣ ਦੇ ਮੁਤਾਬਕ ਜਿਹੜਾ ਲੜਕੀ ਹੈ ਉਹ ਲੜਕੇ ਦਾ ਹੱਥ ਫੜਨ ਤੋਂ ਮਨਾਹੀ ਕਰ ਦਿੰਦੀ ਹੈ। ਤਾਂ ਕਿਹਾ ਜਾਂਦਾ ਕਿ ਜਿਹੜਾ ਕੁਝ ਵੀਡੀਓਗ੍ਰਾਫੀ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਹੱਥ ਫੜਨਾ ਸੀਗਾ, ਤਾਂ ਹੱਥ ਫੜਨ ਤੋਂ ਮਨਾਹੀ ਕੀਤੀ ਗਈ ਹੈ। ਤਾਂ ਐਡਾ ਭਿਆਨਕ ਰੂਪ ਜਿਹੜਾ ਲੜਾਈ ਦਾ ਰੂਪ ਧਾਰ ਲੈਂਦੀ ਹੈ ਲੜਕੀ ਦਾ, ਉਸ ਤੋਂ ਬਾਅਦ ਜਿਹੜਾ ਇਹ ਵਿਸ਼ਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦਾ ਹੈ। ਤਾਂ ਲੜਕੇ ਨਾਲ ਜੋ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਤਾਂ ਦੱਸਦੇ ਹਾਂ ਕਿ ਜਿਹੜੀ ਸਾਰੀ ਘਟਨਾ ਇਹ ਕਿਵੇਂ ਵਾਪਰੀ ਤੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਜਿਹੜੀ ਇਹ ਕਿਵੇਂ ਵਾਇਰਲ ਹੋਈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਕੌਣ ਬੋਲ ਰਹੇ ਹੋ? ਜੀ ਤਾਂ ਸੁਵੀਰ ਜੀ, ਕੌਣ? ਮੈਂ ਵੀ ਪੱਤਰਕਾਰ ਦਿਲਬਾਗ ਸਿੰਘ ਗੱਲ ਕਰ ਰਿਹਾ, ਪੰਜਾਬ ਟੂ ਪ੍ਰਦੇਸ਼ ਚੈਨਲ ਤੋਂ। ਹਾਂਜੀ, ਪੰਜਾਬ ਟੂ ਪ੍ਰਦੇਸ਼ ਤੋਂ ਵੀਰ ਜੀ, ਦਿਲਬਾਗ ਸਿੰਘ ਗੱਲ ਕਰ ਰਿਹਾ ਜੀ। ਹਾਂਜੀ, ਦੱਸੋ ਜੀ। ਵੀਰ ਜੀ, ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ, ਇਹ ਮਸਲਾ ਤੁਹਾਡਾ ਸੀਗਾ, ਕੀ ਗੱਲਬਾਤ ਹੋਈ ਸੀਗੀ? ਹਾਂਜੀ, ਮਸਲਾ ਆਪਣਾ ਹੀ ਸੀ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ? ਜਗਪ੍ਰੀਤ ਸਿੰਘ। ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਹਰਦੋਈ ਜ਼ਿਲ੍ਹੇ ਦੇ ਹਾਂ। ਹਰਦੋਈ ਜ਼ਿਲ੍ਹੇ ਦੇ। ਤਾਂ ਵੀਰ ਜੀ, ਮਸਲਾ ਕੀ ਹੈਗਾ ਸੀਗਾ, ਜਿਹੜੀ ਸੱਚਾਈ ਕੀ ਹੈਗੀ ਜਿਹੜੀ ਵੀਡੀਓ ਸਾਰੀ ਦੀ? ਸੱਚਾਈ ਵੀਰ ਜੀ ਕੋਈ ਨੀ, ਸੱਚਾਈ ਕੀ ਗਏ, ਬੜੇ ਵਧੀਆ ਗਏ, ਕੋਈ ਦਿੱਕਤ ਨੀ, ਫੇਰੇ ਫੁਰੇ ਹੋਏ ਜੀ, ਤੇ ਬੜੇ ਵਧੀਆ। ਤੇ ਉੱਥੇ ਉਹਦੀ ਕੁੜੀ ਦੇ ਭੈਣ ਨੇ ਆਖਿਆ ਕਿ ਹੱਥ ਫੜ ਲੈ ਦਾ ਜੀ, ਤੇ ਗੁਰਦੁਆਰੇ ਤੇ ਮੈਂ ਚੱਲ ਗੁਰਦੁਆਰੇ ਤੋਂ ਬਾਹਰ ਫੜ ਲੈਂਦੇ ਚੱਲ ਕੇ ਜੀ, ਗੁਰਦੁਆਰੇ ਤੋਂ ਬਾਹਰ ਫੜੇ ਹੱਥ ਤੇ ਉਹਨੇ ਹੱਥ ਫੜਿਆ ਤੇ ਉਹਨੇ ਇਕਦਮ ਛੁਡਾ ਲਿਆ। ਅੱਛਾ ਜੀ। ਤੇ ਛੁਡਾਉਣ ਤੋਂ ਬਾਅਦ ਚੋਂ ਤੇ ਗੁੜੀ ਦੀ ਭੈਣ ਤੇ ਮਾਂ ਉਹਦੀ ਸਾਰੇ ਆਉਂਦੇ ਕਿ ਚਲੋ ਇੱਥੇ ਰਹਿਣ ਦੋ, ਤੇ ਮੈਰਿਜ ਹਾਲ ਚ ਫੜ ਲਿਓ ਚੱਲ ਕੇ ਜੀ। ਚਲੋ ਮੈਂ ਉੱਥੇ ਫੜ ਲਾਂ, ਕੋਈ ਗੱਲ ਨੀ। ਉੱਥੇ ਜਦੋਂ ਗੱਡੀ ਚ ਉਤਰੇ ਹਾਂਜੀ, ਤੇ ਹੱਥ ਫੜਨ ਦੀ ਗੱਲ ਆਈ ਤੇ ਆਂਦੀ ਮੈਂ ਨੀ ਹੱਥ ਫੜਾਉਣਾ। ਠੀਕ ਹੈ ਜੀ। ਤੇ ਕਮੀ ਉਹਨਾਂ ਨੂੰ ਪੁੱਛੀ ਤੇ ਉਹ ਬੜੀ ਉੱਚੀ ਉੱਚੀ ਬੋਲੇ ਤੇ ਬੜਾ ਰੋਲਾ ਪਾਵੇ। ਅੱਛਾ ਜੀ। ਤੇ ਉਹਨੇ ਉਹਦੀ ਮਾਂ ਆਈ ਤੇ ਉਹਦਾ ਭਰਾ ਰੋਣ ਲੱਗ ਪਏ, ਤੇ ਉਹਨੇ ਭਰਾ ਉਹਨੇ ਹੱਥ ਫੜ ਕੇ ਮੇਰਾ ਫੜਾਇਆ। ਹਾਂਜੀ। ਤੇ ਉਹਨੇ ਫਿਰ ਛੁਡਾ ਲਿਆ। ਹਾਂਜੀ। ਜਦੋਂ ਫਿਰ ਛੁਡਾ ਲਿਆ ਤੇ ਫਿਰ ਮੇਰੀ ਮੰਮੀ ਅੱਗੇ ਹੋਈ, ਮੰਮੀ ਜੀ ਨੇ ਕਿਹਾ ਕਿ ਤੂੰ ਹੱਥ ਕਿਉਂ ਨੀ ਫੜਦੀ ਤੇ ਫੜਨਾ ਕਿਹਦਾ ਵਾ ਜੀ। ਇੰਨੀ ਗੱਲ ਹੋਈ ਤੇ ਉਹਨੇ ਮੰਮੀ ਮੇਰੀ ਘੁੰਮੀ ਤੇ ਉਹਨੇ ਪਿੱਛੋਂ ਜੂੜਾ ਫੜ ਲਿਆ ਮੰਮੀ ਨਾਲ। ਅੱਛਾ ਜੀ। ਜਦੋਂ ਜੂੜਾ ਫੜ ਲਿਆ ਤੇ ਫਿਰ ਗੱਲ ਵੱਧ ਗਈ। ਹਾਂਜੀ। ਤੇ ਮੰਮੀ ਮੇਰੀ ਤੇ ਬੀਪੀ ਲੋ ਹੋ ਗਿਆ ਤੇ ਉਹ ਬੇਹੋਸ਼ ਹੋ ਗਿਆ, ਤੇ ਮੈਂ ਫਿਰ ਉਹਨੂੰ ਮੰਮੀ ਜੀ ਨੂੰ ਗੱਡੀ ਤੇ ਲੈ ਕੇ ਜੀ, ਤੇ ਫਿਰ ਮੈਂ ਚਲਾ ਆਇਆ ਹਸਪਤਾਲ ਜੀ। ਹਸਪਤਾਲ ਤੋਂ ਫਿਰ ਮੈਂ ਘਰੇ ਚਲਾ ਆਇਆ। ਤੇ ਤੁਹਾਡੀ ਜਿਹੜੀ ਇਹ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਦਾ ਕਰਕੇ ਸੀਗਾ? ਅਰੇਂਜ ਮੈਰਿਜ, ਲਵ ਮੈਰਿਜ ਨਹੀਂ, ਅਰੇਂਜ ਮੈਰਿਜ। ਓਕੇ। ਤੇ ਕੀ ਤੁਹਾਨੂੰ ਕੀ ਲੱਗਦਾ ਕਿ ਜੇ ਕਾਰਨ ਕੀ ਬਣਿਆ ਕਿ ਜਿਹੜਾ ਉਹ ਲੜਕੀ ਦਾ ਜਿਸ ਤਰ੍ਹਾਂ ਦਾ ਬਿਹੇਵ, ਕਿਉਂਕਿ ਤੁਹਾਨੂੰ ਕਿਸੇ ਨੇ ਗਲਤ ਨਹੀਂ ਕਿਹਾ, ਜਿੰਨੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀਆਂ ਨੇ ਉਸ ਦੇ ਵਿੱਚ ਲੜਕੀ ਨੂੰ ਹੀ ਗਲਤ ਕਿਹਾ ਜਾ ਰਿਹਾ? ਹਾਂਜੀ, ਉਹ ਤੇ ਲੜਕੀ ਦੀ ਗਲਤੀ, ਲੜਕੀ ਦੀ ਆ ਰਹੀ ਨਾ, ਮੇਰੀ ਕੋਈ ਗਲਤੀ ਨਹੀਂ ਆ ਰਹੀ ਨਾ ਜੀ, ਕਿਉਂਕਿ ਤੁਸੀਂ ਬਿਲਕੁਲ ਸਾਇਲੈਂਟ ਦੇ ਤੁਸੀਂ ਸਾਈਡ ਤੇ ਖੜੇ ਹੋਏ ਹੋ, ਤਾਂ ਲੜਕੀ ਜਿਹੜਾ ਉਹ ਜਿਸ ਤਰ੍ਹਾਂ ਦਾ ਬਿਹੇਵ ਕਰ ਰਹੀ ਹੈ, ਉਸ ਤਰੀਕੇ ਦੀਆਂ ਜਿਹੜੀਆਂ ਵੀਡੀਓ ਉਹ ਵਾਇਰਲ ਹੋ ਰਹੀਆਂ ਨੇ, ਉਹ ਸਾਰਾ ਕੁਝ ਵਿੱਚ ਦਿਸ ਰਿਹਾ। ਹਾਂਜੀ ਹਾਂਜੀ, ਉਹ ਸਭ ਸਾਫ ਆ ਰਿਹਾ ਨਾ। ਕੋਈ ਲੜਾਈ ਝਗੜਾ ਵੀ, ਮਤਲਬ ਕਿ ਕੋਈ ਹੱਥੋਂ ਪਾਈ ਜਿਸ ਤਰ੍ਹਾਂ, ਇਸ ਤਰ੍ਹਾਂ ਦਾ ਵੀ ਜ਼ਿਆਦਾ ਕੰਮ ਵਧਿਆ ਸੀ ਕਿ ਜਾਂ ਮੰਨ ਲਓ ਇਕੱਲਾ ਤੁਹਾਡੇ ਮਦਰ ਨਾਲ ਲੜੇ ਸੀ, ਕਿਸ ਤਰ੍ਹਾਂ ਹੋਰ ਗੱਲਬਾਤ ਕੋਈ ਕਿਸੇ ਗੱਲ ਤੋਂ ਲੜੇ ਸੀਗੇ? ਨਹੀਂ, ਏਦਾਂ ਟਾਈਮ ਹੀ ਨੀ ਪਿਆ ਹੱਥੋਂ ਪਾਈ ਹੋਣ ਦਾ, ਕਿਉਂਕਿ ਜਦੋਂ ਉਹਨੇ ਮੇਰੀ ਮੰਮੀ ਤੇ ਮੇਰੇ ਬੀਬੀ ਲੋ ਹੋ ਗਿਆ ਨਾ, ਉਸ ਤੋਂ ਬਾਅਦ ਚ ਜਦੋਂ ਮੈਂ ਆ ਗਿਆ ਉੱਥੋਂ, ਤੇ ਮੇਰੇ ਮਗਰ ਹੀ ਸਾਰੀਆਂ ਗੱਡੀਆਂ ਮੇਰੇ ਮਗਰ ਆ ਗਈਆਂ ਹਨ। ਹਾਂਜੀ। ਤੇ ਉਸ ਤੋਂ ਬਾਅਦ ਚ ਉਹ ਕੁਤਵਾਲੀ ਲੈ ਗਏ ਆਪਣੀ ਕੁੜੀ ਨੂੰ। ਹਾਂਜੀ। ਤੇ ਕੁਤਵਾਲੀ ਜਾ ਕੇ ਉਹਨਾਂ ਨੇ ਜਦੋਂ ਐਪਲੀਕੇਸ਼ਨ ਦਿੱਤੀ ਤੇ ਫਿਰ ਉਹਨਾਂ ਨੇ ਫੋਨ ਲਾਇਆ ਇਸ ਵੇਲੇ ਕੁਤਵਾਲ ਨੇ ਮੈਨੂੰ। ਹਾਂਜੀ। ਤੇ ਮੈਂ ਮੇਰੀ ਮੰਮੀ ਦੀ ਤਬੀਅਤ ਖਰਾਬ ਹੈ, ਮੈਂ ਅਜੇ ਨਹੀਂ ਆ ਸਕਦਾ, ਤੇ ਮੈਂ ਆਊਂਗਾ ਜੀ।
मैं एक घंटे बाद चू पूछा तो बाद चू घर से माफी मुफी मांगते रहे। मैं नहीं कोई चक्कर नहीं, मैं इदा दी जे अज पहले दिन तो इनी बेइज्जती की यार, बाद चू ले जाके की करांगे। क्योंकि ज्यादातर मैं कमेंट देख रहा सी तां लोग कह रहे थे भलक नूं कह देना वा कि लड़के की गलती है, लड़का परिवार सहुरा परिवार जिहड़ा इह दाज मंगदा सीगा खुदकुशी कर लेंदी, इस तरह की जिहड़ियां काफी सारे लोग कमेंट कर रहे थे कि जे कोई नुकसान होइंदा लड़के का ते लड़की नूं भलक नूं किसी ने गलत नहीं कहना, ਤਾਂ ਜਿਹੜਾ ਬਿਹੇਵ ਹੈ ਅੱਜ ਜਿਹੜਾ ਸ਼ਰਿਆਮ ਸਾਹਮਣੇ ਆ ਰਿਹਾ, ਇਸ ਤਰ੍ਹਾਂ ਦੀਆਂ ਵੀ ਲੋਕ ਥੱਲੇ ਕਮੈਂਟ ਕਰ ਰਹੇ ਸੀਗੇ। ਹਾਂਜੀ ਹਾਂਜੀ ਉਹ ਕਰਨ ਦੇ ਨੇ, ਮੈਂ ਵੇਖਣ ਦਿਆਂ ਕਮੈਂਟ ਜੀ। ਤੇ ਤੁਸੀਂ ਕੰਮ ਕਰਦੇ ਹੋ? ਹਾਂਜੀ ਤੁਸੀਂ ਕੰਮ ਕੀ ਕਰਦੇ ਹੋ? ਆਪਣੀ ਖੇਤੀਬਾੜੀ ਆ ਤੇ ਆਪਣੇ ਕੋਲ ਮਸ਼ੀਨਾਂ ਕੰਬਾਈਨਾਂ। ਕਿਸੇ ਕੰਬਾਈਨਾਂ ਨੇ ਤੇ ਮਤਲਬ ਕਿ ਰਿਸ਼ਤਾ ਕਿਹਨਾਂ ਨੇ ਕਰਵਾਇਆ ਸੀ, ਤੁਹਾਡੇ ਰਿਸ਼ਤੇਦਾਰ ਸੀਗੇ ਜਾਂ ਕੋਈ ਕਿਸ ਤਰ੍ਹਾਂ ਕਰਵਾਇਆ ਸੀਗਾ? ਉਹਨਾਂ ਦੇ ਵੀ ਰਿਸ਼ਤੇਦਾਰ ਸੀ ਤੇ ਸਾਡੇ ਵੀ ਰਿਸ਼ਤੇਦਾਰ ਸੀ। ਅੱਛਾ ਜੀ। ਹਾਂਜੀ ਉਹਨਾਂ ਨੇ ਕਰਾਇਆ ਸੀ, ਪਹਿਲਾਂ ਤਾਂ ਇਹੋ ਜਿਹਾ ਕੋਈ ਚੱਕਰ ਹੀ ਨਹੀਂ। ਠੀਕ ਹੈ ਜੀ। ਸਾਡੇ ਪਰਿਵਾਰ ਚ ਮੈਂ, ਮੇਰਾ ਬਰੋ ਆ ਤੇ ਮੰਮੀ ਜੀ ਆ ਤੇ ਦੋ ਭੈਣਾਂ ਮੇਰੀਆਂ। ਠੀਕ ਹੈ ਜੀ। ਤੇ ਪਾਪਾ ਜੀ ਨਹੀਂ। ਕਿਉਂਕਿ ਇੱਕ ਨਾ ਤੁਹਾਡੀ ਹੋਰ ਗੱਲ ਸਾਹਮਣੇ ਆ ਰਹੀ ਸੀ, ਜਿਹੜਾ ਤੁਹਾਡੇ ਸਿਸਟਰ ਦੇ ਨਾਲ ਜਾਂ ਇਹਨਾਂ ਦੀ ਕੋਈ ਨਾ ਲੜਾਈ ਝਗੜਾ ਵੀ ਹੋਇਆ, ਇਸ ਤਰ੍ਹਾਂ ਦੀ ਗੱਲਬਾਤ ਵੀ ਹੋਈ ਹੈ ਕੋਈ, ਤੁਸੀਂ ਜਾਣਕਾਰੀ ਦੇ ਸਕਦੇ ਹੋ? ਨਹੀਂ ਸਿਸਟਰ ਨਾਲ ਕੁਛ ਨੀ, ਸਿਸਟਰ ਨਾਲ ਤਾਂ ਗੱਲ ਹੀ ਨੀ ਹੋਈ। ਅੱਛੀ ਗੱਲ ਹੀ ਨੀ ਹੋਈ ਸਿਸਟਰ ਨਾਲ, ਕੋਈ ਗੱਲ ਨੀ, ਕਿਸੇ ਨਾਲ ਗੱਲ ਹੀ ਨੀ ਹੋਈ ਕੋਈ ਏਦਾਂ ਦੀ। ਤੇ ਕਿਉਂਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਇਹ ਕਿੰਨੀ ਤਰੀਕ ਦੀ ਹੈਗੀ ਹੈ? ਇਹ 10 ਤਰੀਕ ਦੀ ਹੈ। 10 ਤਰੀਕ ਦੀ ਹੈਗੀ ਹੈ। ਉਸ ਤੋਂ ਬਾਅਦ ਜਿਹੜੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕਿਵੇਂ ਦੀ ਕਾਰਵਾਈ ਕੀਤੀ ਗਈ ਹੈ, ਕਿ ਉਹਨਾਂ ਦੇ ਉੱਪਰ ਕੀਤੀ ਹੈ ਜਾਂ ਤੁਹਾਡੇ ਉੱਪਰ ਕੀਤੀ ਹੈ, ਕੀ ਜਿਹੜਾ ਹੋਇਆ ਸੀਗਾ ਸਰ? ਹੋਇਆ ਜੀ ਕੁਤਵਾਏ ਜ਼ਬਰਦਸਤੀ ਆਉਂਦੇ ਨੇ ਕਿ ਭੇਜਾਂਗੇ ਲੈ ਕੇ ਜਾਓ, ਤੇ ਅਸੀਂ ਕਹਿ ਨਹੀਂ ਲੈ ਕੇ ਜਾਣੀ। ਅੱਛਾ ਜੀ। ਤੇ ਫਿਰ ਉਹ ਕੁੜੀ ਰਾਜ਼ੀ ਹੋ ਗਈ, ਕੁੜੀ ਮਾਫ਼ੀ ਮੂਫ਼ੀ ਮੰਗ ਲਈ, ਮੇਰੇ ਕੋਲ ਗਲਤੀਆਂ ਹੋ ਗਈਆਂ, ਉਹਨਾਂ ਦਾ ਸਾਰਾ ਪਰਿਵਾਰ ਮਾਫ਼ੀ ਮੰਗ ਰਿਹਾ ਸੀ ਜੀ। ਤੇ ਫਿਰ ਕੁਛ ਨੀ, ਫਿਰ ਉਹਨਾਂ ਨੇ 3 ਲੱਖ ਰੁਪਇਆ ਮੰਗਿਆ ਸੀ ਕੁੜੀ ਵਾਲਿਆਂ ਨੇ। ਅੱਛਾ ਜੀ। ਹਾਂਜੀ। ਤੇ ਫਿਰ 1 ਲੱਖ ਰੁਪਏ ਚ ਗੱਲ ਫਾਈਨਲ ਹੋਈ। ਬਹੁਤ ਧੰਨਵਾਦ ਵੀਰ ਜੀ।